ਇੱਕ ਪਖੰਡੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ, ਜੋ ਮਸੀਹ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦਾ ਵਾ, ਅੱਜ ਉਹਦੇ ਖਿਲਾਫ ਔਰ ਜੋ ਉਹਦੇ ਨਾਲ ਇੱਕ ਪਖੰਡਰ ਔਰਤ ਹੈਗੀ ਜੋ ਮਸੀਹ ਭਾਈਚਾਰੇ ਨੂੰ ਗਲਤ ਬੋਲਦੀ ਆ, ਜੋ ਸਾਡੇ ਧਰਮ ਗੁਰੂ ਪੋਸਟਲ ਅੰਕੁਰ ਨੂਲਾ ਜੀ ਦੇ ਬਾਰੇ ਗਲਤ ਬੋਲਦੀ ਆ, ਇਹਨਾਂ ਦੋਵਾਂ ਜੋੜੇ ਦੇ ਉੱਪਰ ਜਿਹੜਾ ਪਰਚਾ ਦਰਜ ਅੱਜ ਹੋ ਚੁੱਕਾ ਵਾ। ਦੱਸਣਾ ਚਾਹੁੰਦਾ ਵੀ ਜਿਹੜੀਆਂ ਮਸੀਹ ਵਿਰੋਧੀ ਤਾਕਤਾਂ ਹੈਗੀਆਂ, ਜਿਹੜੀਆਂ ਮਸੀਹ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦੀਆਂ ਵਾ, ਜਿਹੜੀਆਂ ਵੱਖ ਵੱਖ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਕੇ ਜਿਹੜੇ ਲੋਕ ਕੰਮ ਕਰਦੇ ਆ, ਇਹਨਾਂ ਦਾ ਮੂੰਹ ਤੋੜਵਾਂ ਜਵਾਬ ਮਸੀਹ ਭਾਈਚਾਰਾ ਜ਼ਰੂਰ ਦੇਵੇਗਾ। ਪਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਤਤਪਰ ਤਤ ਤਿਆਰ ਆ ਆਪਣੇ ਮਸੀਹ ਭਾਈਚਾਰੇ ਦੇ ਲਈ, ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ। ਔਰ ਪ੍ਰਧਾਨ ਜੀ, ਅੱਜ ਤੁਸੀਂ ਡੀ ਜੀ ਪੀ ਸਾਹਿਬ ਕੋਲ ਆਏ ਹੋ, ਕੀ ਮੁੱਦਾ ਸੀਗਾ ਤੁਹਾਡਾ, ਕੀ ਮਸਲਾ? ਸਾਰ ਮੇਰੇ ਵੱਲੋਂ ਏਜੰਸੀ ਦੀ, ਅੱਜ ਅਸੀਂ ਡੀ ਜੀ ਪੀ ਸਾਹਿਬ ਦੇ ਆਫਿਸ ਆਏ ਹਾਂ ਔਰ ਮੈਂ ਤੁਹਾਨੂੰ ਸਰ ਨੂੰ ਦੱਸਣਾ ਚਾਹੁੰਦਾ, ਪਿਛਲੇ ਦਿਨਾਂ ਦੇ ਵਿੱਚ ਇੱਕ ਪਖੰਡੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ, ਜੋ ਮਸੀਹ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦਾ ਵਾ, ਅੱਜ ਉਹਦੇ ਖਿਲਾਫ਼ ਔਰ ਜੋ ਉਹਦੇ ਨਾਲ ਇੱਕ ਪਖੰਡਰ ਔਰਤ ਹੈਗੀ ਜੋ ਮਸੀਹ ਭਾਈਚਾਰੇ ਨੂੰ ਗਲਤ ਬੋਲਦੀ ਆ, ਜੋ ਸਾਡੇ ਧਰਮ ਗੁਰੂ ਪੋਸਟਲ ਅੰਕੁਰ ਨੂਲਾ ਜੀ ਦੇ ਬਾਰੇ ਗਲਤ ਬੋਲਦੀ ਆ, ਇਹਨਾਂ ਦੋਵਾਂ ਜੋੜੇ ਦੇ ਉੱਪਰ ਜਿਹੜਾ ਪਰਚਾ ਦਰਜ ਅੱਜ ਹੋ ਚੁੱਕਾ ਵਾ, ਉਹਦੀ ਐੱਫ ਆਈ ਆਰ ਦੀ ਕਾਪੀ ਅਸੀਂ ਡੀ ਜੀ ਪੀ ਸਾਹਿਬ ਕੋਲ ਲੈ ਲਈ ਆ ਔਰ ਇਹਦੇ ਉੱਪਰ 295 ਦਾ ਪਰਚਾ ਜਿਹੜਾ ਹੈਗਾ ਦਰਜ ਹੋ ਚੁੱਕਾ ਔਰ ਵੱਖ ਵੱਖ ਧਾਰਾਵਾਂ ਦੇ ਹੇਠ ਹੋਰ ਵੀ ਧਾਰਾਵਾਂ ਇਹਨਾਂ ਦੇ ਲੱਗ ਕੇ ਪਰਚਾ ਦਰਜ ਹੋ ਚੁੱਕਾ। ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ, ਜਲੰਧਰ ਪੁਲਿਸ ਪ੍ਰਸ਼ਾਸਨ ਦਾ, ਡੀ ਜੀ ਪੀ ਸਾਹਿਬ ਦਾ ਜਿਹੜਾ ਇਹਨਾਂ ਦੇ ਪਰਚਾ ਦਰਜ ਕਰਤਾ ਔਰ ਜਿਹੜੀ ਅਗਲੀ ਕਾਰਵਾਈ ਆ ਅਮਲ ਦੇ ਵਿੱਚ ਇਹਨਾਂ ਨੇ ਲਿਆਤੀ ਆ, ਉਹਦੇ ਵਿੱਚ ਜਿਹੜਾ ਇਹਦਾ ਵਿਜ਼ਟਰ ਵੀਜ਼ੇ 'ਤੇ ਜਿਹੜਾ ਇਹ ਆਇਆ ਵਾ ਇਹਨੂੰ ਹੁਣ ਜਿਹੜਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਏਗਾ ਔਰ ਜਿਹੜਾ ਵਿਜ਼ਟਰ ਵੀਜ਼ਾ ਵੀ ਕੈਂਸਲ ਕੀਤਾ ਜਾਏਗਾ। ਔਰ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਮਸੀਹ ਵਿਰੋਧੀ ਤਾਕਤਾਂ ਹੈਗੀਆਂ, ਜਿਹੜੀਆਂ ਮਸੀਹ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦੀਆਂ ਵਾ, ਜਿਹੜੀਆਂ ਵੱਖ ਵੱਖ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਕੇ ਜਿਹੜੇ ਲੋਕ ਕੰਮ ਕਰਦੇ ਆ, ਇਹਨਾਂ ਦਾ ਮੂੰਹ ਤੋੜਵਾਂ ਜਵਾਬ ਮਸੀਹ ਭਾਈਚਾਰਾ ਜ਼ਰੂਰ ਦੇਵੇਗਾ। ਔਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਤਤਪਰ ਤਤ ਤਿਆਰ ਆ ਆਪਣੇ ਮਸੀਹ ਭਾਈਚਾਰੇ ਦੇ ਲਈ, ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ। ਔਰ ਸਮੇਂ ਸਮੇਂ 'ਤੇ ਜਦੋਂ ਵੀ ਕੋਈ ਵੀ ਜਿਹੜਾ ਬੰਦਾ ਆ ਕੇ ਮਸੀਹ ਭਾਈਚਾਰੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰੇਗਾ ਜਾਂ ਮਸੀਹ ਭਾਈਚਾਰੇ ਨੂੰ ਗੰਦ ਕੂੜਾ ਦੱਸੂਗਾ, ਔਰ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਈ ਜਾਏਗੀ, ਜਿੱਦਾਂ ਵੀ ਇਹ ਜੋੜੇ 'ਤੇ ਕਰਵਾਈ ਗਈ ਆ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਵੀ, ਆਪਣੇ ਸਾਰੇ ਮਸੀਹ ਭੈਣ ਭਰਾਵਾਂ ਦਾ ਵੀ ਔਰ ਪ੍ਰਸ਼ਾਸਨ ਦਾ ਵੀ। ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ। ਵਿਸ਼ਾਲ ਰਮਦਾਸੀ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜਿਵੇਂ ਕਿ ਅੱਜ ਫਿਰ ਮਸੀਹ ਭਾਈਚਾਰੇ ਦੀ ਇੱਕ ਬਹੁਤ ਵੱਡੀ ਜਿੱਤ ਹੋਈ ਆ, ਜੋ ਕਿ ਪਿਛਲੇ ਦਿਨੀ ਇੱਕ ਪਖੰਡੀ ਬਾਬਾ ਗੁਰਪ੍ਰੀਤ ਸਿੰਘ USA ਵਾਲਾ ਜੋ ਮਸੀਹ ਭਾਈਚਾਰੇ ਨੂੰ ਗੰਦ ਕੂੜਾ ਦੱਸਦਾ ਸੀ ਅਤੇ ਇੱਕ ਬਲੈਕਮੋਰ ਔਰਤ ਵਨੀਤ ਕੌਰ 'ਤੇ ਅੱਜ ਜਲੰਧਰ ਪੁਲਿਸ ਨੇ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਵੱਲੋਂ ਬਾਬੇ ਗੁਰਪ੍ਰੀਤ ਖਿਲਾਫ਼ ਦਿੱਤੀ ਕੰਪਲੇਂਟ 'ਤੇ ਕਾਰਵਾਈ ਕਰਦਿਆਂ ਧਾਰਾ 295A, 153A, 505, 67A ਅਧੀਨ ਪਰਚਾ ਦਰਜ ਕਰ ਦਿੱਤਾ ਗਿਆ। ਹਾਲੇਲੂਇਆ, ਔਰ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਪਰਮੇਸ਼ਰ ਨੇ ਫਿਰ ਤੋਂ ਇੱਕ ਵਾਰ ਮਸੀਹ ਭਾਈਚਾਰੇ ਦੀ, ਆਪਣੇ ਲੋਕਾਂ ਦੀ ਇੱਕ ਵਾਰ ਜਿੱਤ ਕਰਾਈ ਔਰ ਐਸੇ ਪਖੰਡੀਆਂ ਦੇ ਖਿਲਾਫ਼ ਜੋ ਕਿ ਪਰਚਾ ਦਰਜ ਹੋਇਆ, ਕਿਉਂਕਿ ਤੁਸੀਂ ਦੇਖਿਆ ਕਿ ਅੱਜ ਦਿਨ ਹੀ ਤੁਸੀਂ ਇਹਨਾਂ ਦੀ ਵੀਡੀਓਜ਼ ਦੇ ਵਿੱਚ ਦੇਖਿਆ ਕਿ ਇਹਨਾਂ ਨੇ ਕ੍ਰਿਸ਼ਚਨ ਲੋਕਾਂ ਦੇ ਖਿਲਾਫ਼ ਕਿੰਨੀ ਗਲਤ ਸ਼ਬਦਾਵਲੀ ਯੂਜ਼ ਕੀਤੀ, ਕ੍ਰਿਸ਼ਚਨ ਲੋਕਾਂ ਦੇ ਖਿਲਾਫ਼ ਕਿੰਨੇ ਸ਼ਬਦ ਜੋ ਕਿ ਗਲਤ ਯੂਜ਼ ਕੀਤੇ ਔਰ ਉਹਨਾਂ ਦੇ ਉੱਤੇ ਜੋ ਕਿ ਬੰਦੀ ਕਾਰਵਾਈ ਜੋ ਕਿ ਹੁਣ ਕੀਤੀ ਜਾਏਗੀ, ਕਿਉਂਕਿ ਉਹਨਾਂ ਦੇ ਉੱਤੇ ਜੋ ਕਿ ਦੋਨਾਂ ਦੇ ਉੱਤੇ ਜੋ ਕਿ ਪਰਚਾ ਦਰਜ ਕਰਾ ਦਿੱਤਾ ਗਿਆ ਹੈ। ਹਾਲੇਲੂਇਆ, ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਅੱਗੇ ਲੋਕਾਂ ਤੱਕ ਪਹੁੰਚਾਉਣਾ ਕਿ ਆਉਣ ਵਾਲੇ ਸਮੇਂ 'ਚ ਅਗਰ ਕੋਈ ਮਸੀਹ ਭਾਈਚਾਰੇ ਦਾ ਵਿਰੋਧ ਕਰਨ ਦੇ ਲਈ ਖੜ੍ਹਾ ਹੋਏ ਤਾਂ ਇਸ ਵੀਡੀਓ ਨੂੰ ਦੇਖ ਕੇ 100 ਵਾਰ ਉਹ ਪਹਿਲੇ ਸੋਚੇ ਕਿ ਸਾਡੇ ਵਿਰੋਧ ਕਰਨ ਤੋਂ ਬਾਅਦ ਸਾਡੇ ਨਾਲ ਕੀ ਹਾਲਤ ਹੋਏਗੀ, ਸਾਡਾ ਕੀ ਇਲਜ਼ਾਮ ਹੋਏਗਾ। ਔਰ ਇਸੇ ਤਰ੍ਹਾਂ ਹੀ ਅੱਗੇ ਵੀ ਜੇਕਰ ਕੋਈ ਮਸੀਹ ਭਾਈਚਾਰੇ ਦਾ ਵਿਰੋਧ ਕਰਨ ਦੇ ਲਈ ਖੜ੍ਹਾ ਹੋਏਗਾ, ਵਿਰੋਧ ਕਰਨ ਦੀ ਸੋਚੇਗਾ, ਉਸਨੂੰ ਵੀ ਇਸੇ ਤਰੀਕੇ ਨਾਲ ਜੋ ਕਿ ਨੱਥ ਪਾਈ ਜਾਏਗੀ। ਔਰ ਸਾਡੇ ਬ੍ਰਦਰ ਜਤਿੰਦਰ ਮਸੀਹ ਗੌਰਵ ਜੀ ਦੇ ਦੁਆਰਾ ਕਿਹਾ ਗਿਆ ਕਿ ਉਹ ਹਮੇਸ਼ਾ ਹੀ ਮਸੀਹ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ। ਗੋਡ ਬਲੈਸ ਯੂ ਆਲ।
ਹਲੇਲੂਇਆ 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 ਹਲੇਲੂਇਆ। ਪ੍ਰਧਾਨ ਜੀ, ਅੱਜ ਤੁਸੀਂ ਡੀਜੀਪੀ ਸਾਹਿਬ ਕੋਲ ਆਏ ਹੋ, ਕੀ ਮੁੱਦਾ ਸੀਗਾ ਤੁਹਾਡਾ, ਕੀ ਮਸਲਾ? ਸਾਰਿਆਂ ਨੂੰ ਮੇਰੇ ਵੱਲੋਂ ਏਜੰਸੀ ਦੀ, ਅੱਜ ਅਸੀਂ ਡੀਜੀਪੀ ਸਾਹਿਬ ਦੇ ਆਫਿਸ ਆਏ ਹਾਂ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ, ਪਿਛਲੇ ਦਿਨਾਂ ਦੇ ਵਿੱਚ ਇੱਕ ਪਖੰਡੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ, ਜੋ ਮਸੀਹ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦਾ ਵਾ, ਅੱਜ ਉਹਦੇ ਖਿਲਾਫ਼ ਔਰ ਜੋ ਉਹਦੇ ਨਾਲ ਇੱਕ ਪਖੰਡਰ ਔਰਤ ਹੈਗੀ ਜੋ ਮਸੀਹ ਭਾਈਚਾਰੇ ਨੂੰ ਗਲਤ ਬੋਲਦੀ ਆ, ਜੋ ਸਾਡੇ ਧਰਮ ਗੁਰੂ ਪੋਸਟਲ ਅੰਕੁਰ ਨੁੱਲਾ ਜੀ ਦੇ ਬਾਰੇ ਗਲਤ ਬੋਲਦੀ ਆ, ਇਹਨਾਂ ਦੋਵਾਂ ਜੋੜੇ ਦੇ ਉੱਪਰ ਜਿਹੜਾ ਪਰਚਾ ਦਰਜ ਅੱਜ ਹੋ ਚੁੱਕਾ ਵਾ, ਉਹਦੀ FIR ਦੀ ਕਾਪੀ ਅਸੀਂ DGP ਸਾਹਿਬ ਕੋਲ ਲੈ ਲਈ ਆ ਔਰ ਇਹਦੇ ਉੱਪਰ 295 ਦਾ ਪਰਚਾ ਜਿਹੜਾ ਹੈਗਾ ਦਰਜ ਹੋ ਚੁੱਕਾ ਔਰ ਵੱਖ ਵੱਖ ਧਾਰਾਵਾਂ ਦੇ ਹੇਠ ਹੋਰ ਵੀ ਧਾਰਾਵਾਂ ਇਹਨਾਂ ਦੇ ਲੱਗ ਕੇ ਪਰਚਾ ਦਰਜ ਹੋ ਚੁੱਕਾ। ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ, ਜਲੰਧਰ ਪੁਲਿਸ ਪ੍ਰਸ਼ਾਸਨ ਦਾ, DGP ਸਾਹਿਬ ਦਾ ਜਿਹੜਾ ਇਹਨਾਂ ਦੇ ਪਰਚਾ ਦਰਜ ਕਰਤਾ ਔਰ ਜਿਹੜੀ ਅਗਲੀ ਕਾਰਵਾਈ ਆ ਅਮਲ ਦੇ ਵਿੱਚ ਇਹਨਾਂ ਨੇ ਲਿਆਤੀ ਆ, ਉਹਦੇ ਵਿੱਚ ਜਿਹੜਾ ਇਹਦਾ ਵਿਸਟਰ ਵੀਜ਼ੇ ਤੇ ਜਿਹੜਾ ਇਹ ਆਇਆ ਵਾ ਇਹਨੂੰ ਹੁਣ ਜਿਹੜਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਿਆ ਜਾਏਗਾ ਔਰ ਜਿਹੜਾ ਵਿਸਟਰ ਵੀਜ਼ਾ ਵੀ ਕੈਂਸਲ ਕੀਤਾ ਜਾਏਗਾ। ਔਰ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਮਸੀਹ ਵਿਰੋਧੀ ਤਾਕਤਾਂ ਹੈਗੀਆਂ, ਜਿਹੜੀਆਂ ਮਸੀਹ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦੀਆਂ ਵਾ, ਜਿਹੜੀਆਂ ਵੱਖ ਵੱਖ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਮਿਲ ਕੇ ਜਿਹੜੇ ਲੋਕ ਕੰਮ ਕਰਦੇ ਆ, ਇਹਨਾਂ ਦਾ ਮੂੰਹ ਤੋੜਵਾਂ ਜਵਾਬ ਮਸੀਹ ਭਾਈਚਾਰਾ ਜ਼ਰੂਰ ਦੇਵੇਗਾ। ਪਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਤਤ ਤਿਆਰ ਆ ਆਪਣੇ ਮਸੀਹ ਭਾਈਚਾਰੇ ਦੇ ਲਈ, ਆਪਣੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਔਰ ਸਮੇਂ ਤੇ ਜਦੋਂ ਵੀ ਕੋਈ ਵੀ ਜਿਹੜਾ ਬੰਦਾ ਆ ਕੇ ਮਸੀਹ ਭਾਈਚਾਰੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰੇਗਾ ਜਾਂ ਮਸੀਹ ਭਾਈਚਾਰੇ ਨੂੰ ਗੰਦ ਕੂੜਾ ਦੱਸੂਗਾ, ਉਹਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਈ ਜਾਏਗੀ, ਜਿੱਦਾਂ ਵੀ ਇਹ ਜੋੜੇ ਤੇ ਕਰਵਾਈ ਗਈ ਆ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਵੀ, ਆਪਣੇ ਸਾਰੇ ਮਸੀਹ ਭੈਣ ਭਰਾਵਾਂ ਦਾ ਵੀ ਔਰ ਪ੍ਰਸ਼ਾਸਨ ਦਾ ਵੀ। ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ।